हाँ जी दोस्तों, सत श्री अकाल। मैं ਤੁਹਾਡਾ ਭਰਾ ਡਾਕਟਰ ਰੰਧਾਵਾ ਤੇ ਅੱਜ ਆਪਾਂ ਪਹੁੰਚੇ ਹੋਏ ਆਂ ਅੰਤਰਰਾਸ਼ਟਰੀ ਕਬੱਡੀ ਪਲੇਅਰ ਕਾਕਾ ਨਾਗਲਾ ਦੇ ਪਿੰਡ ਖੜੇ ਆਪਾਂ ਖੇਡ ਗਰਾਊਂਡ ਦੇ ਵਿੱਚ, ਪਿੰਡ ਨਾਗਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ। ਕਹਿ ਦਈਏ ਤਾਂ ਬਠਿੰਡੇ ਜ਼ਿਲ੍ਹੇ ਦਾ ਲਾਸਟ ਪਿੰਡ ਆ ਨਾਗਲਾ। ਤੇ ਕਾਕਾ ਤੁਸੀਂ ਦੇਖ ਸਕਦੇ ਹੋ ਸਾਹਮਣੇ, ਕਾਕਾ ਪਿੰਡ ਦਾ ਉਹ ਪਲੇਅਰ ਹੋਇਆ ਸਭ ਤੋਂ ਪਹਿਲਾਂ ਜਿਹਨੇ ਕਬੱਡੀ ਦੇ ਵਿੱਚ ਪਿੰਡ ਦਾ ਨਾਮ ਰੋਸ਼ਨ ਕੀਤਾ, ਜਾਂ ਕਹਿ ਲਈਏ ਵੀ ਕਾਕੇ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਪਹਿਲਾਂ ਕੋਈ ਮੁੰਡਾ ਇੱਥੇ ਪਲੇਅਰ ਵੀ ਨਹੀਂ ਪੈਦਾ ਹੋਇਆ, ਅਤੇ ਕਿਸੇ ਹੋਰ ਖੇਤਰ ਦੇ ਵਿੱਚ ਵੀ ਕੋਈ ਐਡਾ ਨਾਂ ਨਹੀਂ ਸੀ ਪਹਿਲਾਂ। ਅਤੇ ਤੁਹਾਨੂੰ ਮਿਲਾਉਂਦੇ ਹਾਂ, ਦਿਖਾਉਂਦੇ ਹਾਂ ਪਿੰਡ ਦੇ ਗਰਾਊਂਡ ਦੇ ਵਿੱਚ ਕਿੰਨੇ ਮੁੰਡੇ ਐਕਸਰਸਾਈਜ਼ ਕਰਦੇ ਹੈਗੇ। ਤੁਸੀਂ ਲਾ ਲਓ ਸਾਹਿਬ, ਇੱਕ ਮੁੰਡਾ ਪਲੇਅਰ ਉੱਠਿਆ ਤਾਂ ਉਹਦੇ ਮਗਰ ਮਗਰ ਕਿੰਨੇ ਨੌਜਵਾਨ ਹੋਏ ਆ ਬੱਚੇ, ਲਗਭਗ ਇਸ ਟਾਈਮ 'ਤੇ ਹੋਰ ਵੀ ਬਹੁਤ ਸਾਰੇ। ਕੁਲਵੀਰ ਜਟਾਣਾ ਅੰਤਰਰਾਸ਼ਟਰੀ ਕਬੱਡੀ ਪਲੇਅਰ ਨਾਲ ਲਵੀ, ਅਤੇ ਹੋਰ ਵੀ ਪਿੰਡ ਦੇ ਹਰਮਨ ਵਰਗੇ ਸਾਰੇ ਭਰਾ ਹਨ। ਤੁਹਾਨੂੰ ਸਾਰਾ ਜਮ੍ਹਾਂ ਆਪਾਂ ਦਿਖਾਵਾਂਗੇ ਵਾਢੇ ਲਾ। ਅੱਜ ਦੀ ਮਿਹਨਤ ਸਾਰੀ ਤੁਹਾਨੂੰ ਗੱਲਬਾਤ ਵੀ ਕਰਵਾਵਾਂਗੇ ਆਪਾਂ ਕਾਕੇ ਦੇ ਨਾਲ। ਪਿੰਡ ਦੇ ਵਿੱਚ ਕੈਂਪ ਲਾਇਆ ਹੋਇਆ, ਕੈਂਪ ਦਾ ਸਮਾਂ ਵੀ ਪੁੱਛਾਂਗੇ ਅਤੇ ਫੀਸ ਵੀ ਪੁੱਛਾਂਗੇ, ਸਾਰੀ ਸਾਰੀ ਗੱਲਬਾਤ ਆਪਾਂ ਕਰਾਂਗੇ। ਅਤੇ ਬਾਕੀ ਅੱਜ ਦਾ ਬਲੌਗ ਕਿਵੇਂ ਲੱਗਾ ਜ਼ਰੂਰ ਦੱਸਿਓ ਬਾਈ। ਬਾਈ ਪੂਰਾ ਤੇਜ਼ ਕਰਨਾ, ਠੀਕ ਹੈ? ਤਿੰਨ ਡੰਡੇ ਲੰਘ ਗਏ, ਜਦੋਂ ਗਲਾਬੂ ਨਾਲ ਦੀ ਨਾਲ ਚੱਲ ਗਈ, ਫੜਨਾ ਇਹਨੂੰ ਤੂੰ, ਠੀਕ ਆ? ਪੂਰਾ ਤੇਜ਼ ਚੱਲ 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 ਚੱਲ। ਦੇਖ ਸਕਦੇ ਸਾਰੀ ਮਿਹਨਤ ਬਾਈ ਕਿਵੇਂ ਮਿਹਨਤ ਲੱਗ ਰਹੀ ਹੈ। ਅਤੇ ਜੇ ਤੁਸੀਂ ਹੋਰ ਵੀ ਮਿਹਨਤ ਦੇਖਣੀ ਚਾਹੁੰਦੇ ਹੋ, ਰੋਜ਼ ਵੀ ਕਿਵੇਂ ਦੀ ਮਿਹਨਤ ਕਰਾਉਂਦਾ ਕਾਕਾ, ਅਤੇ ਜਾਂ ਕਹਿ ਲਈਏ ਵੀ ਇੱਥੇ ਮੁੰਡੇ ਕਿਵੇਂ ਮਿਹਨਤ ਕਰਦੇ ਆ, ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਨਾਲ ਹੀ ਵੀਡੀਓ ਸ਼ੇਅਰ ਕਰਿਓ, ਤਾਂ ਕਿ ਜਿਹੜੇ ਨਵੇਂ ਮੁੰਡੇ ਹੈਗੇ ਉਹਨਾਂ ਨੂੰ ਪਤਾ ਲੱਗੇ, ਜਿਹੜੇ ਗਰਾਊਂਡ ਦੀ ਐਕਸਰਸਾਈਜ਼ ਦੇਖਣੀ ਚਾਹੁੰਦੇ ਹੁੰਦੇ ਆ ਵੀ ਕਿਵੇਂ ਦੀ ਐਕਸਰਸਾਈਜ਼ ਕਰੀ ਜਾਵੇ ਜਾਂ ਕਿਵੇਂ ਦੀ ਨਹੀਂ। ਕੁਲਵੀਰ ਜਟਾਣਾ ਅਤੇ ਉਹ ਕੁੱਪੇ ਜੇ ਬਗਲੇ ਹੋਇਆ ਬਾਈ, ਉਹਨਾਂ ਦੇ ਉੱਤੋਂ ਦੀ ਭੱਜਣਾ। ਇੱਧਰ ਕੁਲਵੀਰ ਸੀਜ਼ਨ ਆਫ ਕਰਕੇ ਹੈ ਨਾ ਦਮ ਜਿਹਾ ਚੜ੍ਹਦਾ। ਜਟਾਣੇ ਵਾਲਾ ਕਹਿੰਦੇ ਸੰਗਦਾ ਬਹੁਤ ਹੈ, ਸੰਘਾਊ ਮੁੰਡਾ, ਸਾਡੇ ਜ਼ਿਲ੍ਹੇ ਦੀ ਸ਼ਾਨ ਹੈ ਮਾਨਸਾ ਦੀ। ਉੱਧਰ ਦੇਖੋ ਇੱਕ ਨੌਜਵਾਨ, ਇਹ ਮੈਨੂੰ ਲੱਗਦਾ ਹੱਥ ਨੂੰ 5000 ਡੰਡ ਲਾ ਦਿੰਦਾ ਉਹ। ਰੋਡੀ ਕਿੰਨੇ ਡੰਡ ਲਾ ਦਿੰਦਾ ਉਹ ਭਲਵਾਨ ਹੱਥ ਨੂੰ? ਦੇਖ ਇਹ ਕਹਿੰਦੇ ਰੋਕਣਾ ਪੈਂਦਾ। ਤੇ ਹੋਰ ਕੁਝ ਫਿਰ ਕੀ ਹਾਲ ਆ ਬਾਈ? ਵਧੀਆ ਵਧੀਆ, ਤੂੰ ਦੱਸ ਡਾਕਟਰ? ਤੇ ਕਿਵੇਂ ਚੱਲਦੀ ਹੈ ਮਿਹਨਤ ਅੱਜ ਕੱਲ? ਮਿਹਨਤ ਵਧੀਆ ਚੱਲੀ ਜਾਂਦੀ ਹੈ। ਤੇ ਕਿੰਨੇ ਮੁੰਡੇ ਆ ਬਾਈ ਤੇਰੇ ਕੋਲੇ ਮਿਹਨਤ ਕਰਦੇ ਜਿਹੜੇ? ਮੁੰਡੇ 40-45 ਹੋ ਜਾਂਦੇ, ਕਦੇ ਵੱਧ ਵੀ ਹੋ ਜਾਂਦੇ, ਕਦੇ ਵੱਧ ਹੋ ਜਾਂਦੇ, ਘੱਟ ਵੀ ਹੋ ਜਾਂਦੇ। ਕਿੰਨੇ ਤੋਂ ਕਿੰਨੇ ਵਜੇ ਤੱਕ ਮਿਹਨਤ ਆ ਬਾਈ ਗਰਾਊਂਡ? 5:30-7:30 ਦੋ ਘੰਟੇ ਸ਼ਾਮ ਨੂੰ। ਸਾਰੇ ਮੁੰਡੇ ਪਿੰਡੇ ਆ ਕੇ ਬਾਹਰੋਂ ਵੀ ਹੈਗੇ? ਨਹੀਂ ਜੀ, ਨੇੜੇ ਨੇੜੇ ਪਿੰਡਾਂ ਦੇ ਵੀ ਆਉਂਦੇ ਕਈ ਮੁੰਡੇ ਸਾਰੇ। ਕਾਕੇ ਅੱਜ ਤੇਰਾ ਬਾਈ ਨਾਂ ਵਧੀਆ ਬਣਿਆ ਹਨਾ, ਜੇ ਕਹਿ ਲਈਏ ਤਾਂ ਨਾਗਲੇ ਦੇ ਗਰਾਊਂਡ ਦੇ ਵਿੱਚ ਜੇ ਰੌਣਕਾਂ ਲੱਗੀਆਂ ਤਾਂ ਇਹ ਕਾਕੇ ਦੇ ਕਰਕੇ ਲੱਗੀਆਂ। ਇੱਕ ਵਧੀਆ ਪਲੇਅਰ ਹੈ ਤੂੰ, ਉਹਦੇ ਨਾਲ ਇਨਸਾਨ ਵੀ ਵਧੀਆ। ਕੀ ਕਹਿਣਾ ਚਾਹੇਗਾ ਬਾਈ? ਬਸ ਵਧੀਆ ਡਾਕਟਰ, ਵੀ ਮੁੰਡੇ ਜਿਹੜੇ ਤਿਆਰੀ ਕਰਨ ਵਧੀਆ, ਜਦੋਂ ਹੁਣ ਆਕਸੀਜਨ ਹੁੰਦਾ ਤੇ ਵਧੀਆ ਖੁਰਾਕ ਖਾਣ, ਵਧੀਆ ਨੇੜੇ ਨੇੜੇ ਜਿਹੜੇ ਕੋਚ ਹੁੰਦੇ ਆ ਉਹਨਾਂ ਕੋਲੇ ਤਿਆਰੀ ਕਰਨ, ਤੇ ਨਾਲ ਨਾਲ ਵਧੀਆ ਡਾਇਟ ਖਾਣ। ਠੀਕ ਆ ਬਾਈ, ਤਾਂ ਕਿ ਜਿਹੜਾ ਅੱਗੇ ਸੀਜ਼ਨ ਆਉਂਦਾ ਵਧੀਆ ਪ੍ਰਦਰਸ਼ਨ ਹੋਵੇ। ਕਾਕੇ ਬਾਈ ਬਹੁਤ ਸਾਰੇ ਪਲੇਅਰ ਪੈਦਾ ਹੋਏ ਨਾ ਉਹਨਾਂ ਦੇ ਵਿੱਚੋਂ, ਜਿਵੇਂ ਲਾਲਾ ਮੰਗੀ ਬੱਗਾ ਪਿੰਡ ਹੋ ਗਿਆ, ਜਾਂ ਹੋਰ ਵੀ ਕਈ ਆ ਹਨਾ, ਗਾਂਦਰਾ ਵਾਲਾ ਪੰਮਾ ਭਲਵਾਨ ਹੋ ਗਿਆ, ਉਹਨਾਂ ਨੇ ਆਪਦੇ ਮਗਰ ਭਲਵਾਨ ਪੈਦਾ ਕੀਤਾ ਪਲੇਅਰ। ਤੇ ਤੂੰ ਵੀ ਬਾਈ ਪਿੰਡ ਦੇ ਵਿੱਚੋਂ ਕੋਈ ਪਲੇਅਰ ਪੈਦਾ ਕਰ ਰਿਹਾ ਜਿਹੜਾ ਵੀ ਸਪੈਸ਼ਲੀ? ਵਧੀਆ ਜ਼ੋਰ ਲਾਉਂਦੇ ਆ, ਪੂਰਾ ਵਧੀਆ ਆਉਂਦੇ ਨੇ ਮੁੰਡੇ ਕਾਫੀ। ਠੀਕ ਹੈ, ਜਿਹੜੇ ਮੁੰਡੇ ਪ੍ਰੈਕਟਿਸ ਕਰਨ ਆਉਂਦੇ ਆ। ਠੀਕ ਹੈ, ਪਿੰਡ ਦੇ ਮਗਰ ਮਤਲਬ ਕਿ ਟੀਮ ਤਿਆਰ ਹੋ ਰਹੀ? ਹਾਂ, ਵਧੀਆ ਸਹਿਯੋਗ ਦਿੰਦੇ ਆ ਪਿੰਡ ਦੇ ਲੋਕ। ਠੀਕ ਹੈ ਬਾਈ, ਵਧੀਆ ਗਰਾਊਂਡ ਜਿਹੜਾ ਸਵੇਰੇ ਸ਼ਾਮ ਵਧੀਆ ਭਰਦਾ, ਰੌਣਕ ਮੇਲਾ ਬਾਈ ਤੁਸੀਂ ਦੇਖ ਸਕਦੇ ਹੋ। ਬਾਕੀ ਖੜ੍ਹ ਜਾ ਕੇ ਕਮੈਂਟ ਬਾਈ, ਅਤੇ ਕਾਕੇ ਬਾਈ ਅੱਜ ਤੱਕ ਕੀ ਕੁਝ ਜਿੱਤਿਆ ਉਹ ਵੀ ਦੱਸ ਦੇ ਮੁੰਡਿਆਂ ਨੂੰ।
ਆਹੋ ਡਾਕਟਰ ਆਪਾਂ ਮਤਲਬ ਕਿ 17-18 ਮੋਟਰਸਾਈਕਲ ਜਿੱਤੇ ਨੇ ਅਤੇ 2 ਬੁਲਟ ਸਨਮਾਨਿਤ ਹੋਏ ਨੇ, ਬਾਕੀ ਉਹ ਬੇਟਾ ਜਿਹੜਾ ਬਹੁਤ ਕੁਝ ਜਿੱਤਿਆ। ਠੀਕ ਆ ਬਾਈ, ਲੜੀਆਂ ਸਾਈਕਲ ਵਗੈਰਾ ਨਗਦ ਰਾਸੀ। ਠੀਕ ਆ, ਅਤੇ ਬਾਈ ਆਪਦੇ ਕੋਚ ਦਾ ਨਾਂ ਜ਼ਰੂਰ ਦੱਸ ਦੇ ਜਿਹੜਾ ਮਤਲਬ ਕਿ ਸਟਾਰਟਿੰਗ ਦੇ ਵਿੱਚ ਕੋਚ ਸੀ ਕੋਈ ਵੀ, ਹੈ ਨਾ? ਕੋਚ ਤਾਂ ਡਾਕਟਰ ਆਪਣੇ ਮਤਲਬ ਕਿ ਸਕੂਲੀ ਗੇਮਾਂ 'ਚ ਅਲੱਗ ਸੀ, ਉਸ ਤੋਂ ਬਾਅਦ DSP ਚੇਤਾ ਸਿੰਘ। ਠੀਕ ਹੈ, ਜੱਗੇ ਕੋਚ ਹੋਰੀ ਗੁਰਪ੍ਰੀਤ ਜੰਗੀਆਂ ਨਾਲ, ਹੈ ਨਾ? ਠੀਕ ਹੈ, ਅਤੇ ਵਧੀਆ ਗਾਈਡ ਕਰਿਆ ਆਪਾਂ ਨੂੰ ਅਲੱਗ ਅਲੱਗ, ਮਤਲਬ ਕਿ ਵੀ ਜਿਵੇਂ ਜਿਵੇਂ ਬਾਈ ਟਰੇ ਸਟੈਪ ਬਾਈ ਸਟੈਪ 'ਤੇ ਨਾਮ ਬਣਦਾ ਗਿਆ, ਹੈ ਨਾ, ਉਵੇਂ ਉਵੇਂ ਮਿਹਨਤ ਅਲੱਗ ਅਲੱਗ ਭਲਵਾਨਾਂ ਕੋਲ ਲੱਗਦੀ। ਆਪਣੇ ਤੁਸੀਂ ਵੀ ਜਿਵੇਂ ਹੋਰ ਨੇੜੇ ਨੇੜੇ ਪਿੰਡਾਂ ਦੇ ਦੀਪ ਵਰਗੇ ਸਾਰਿਆਂ ਨੇ ਵਧੀਆ ਸਹਿਯੋਗ ਦਿੱਤਾ, ਵਧੀਆ ਗਾਈਡ ਕਰਿਆ। ਠੀਕ ਹੈ ਬਾਈ, ਸਾਰੇ ਭਰਾਵਾਂ ਦੀ ਸਪੋਰਟ ਆ। ਇਹ ਸੀ ਬਾਈ ਕਾਕਾ ਨਾਗਲਾ, ਅਤੇ ਅੱਜ ਦੇ ਵਲੋਗ 'ਚ ਆਪਾਂ ਤੁਹਾਨੂੰ ਦਿਖਾਇਆ ਸੀ ਪਿੰਡ ਨਾਗਲੇ ਦਾ ਗਰਾਊਂਡ। ਇਹ ਦੇਖ ਸਕਦੇ ਹੋ ਸਾਰੀ ਮਿਹਨਤ ਨਾਲ ਗਰਾਊਂਡ ਤੁਸੀਂ ਦੇਖ ਸਕਦੇ ਹੋਗੇ, ਅਤੇ ਬਾਕੀ ਤੁਹਾਨੂੰ ਹੋਰ ਵੀ ਦਿਖਾਵਾਂਗੇ ਸਾਰਾ। ਅਤੇ ਕੁਲਵੀਰ ਜਟਾਣਾ ਵੀ ਹੈਗਾ, ਹੋਰ ਵੀ ਪਲੇਅਰ, ਕੁਲਵੀਰ ਨਾਲ ਵੀ ਆਪਾਂ ਅਗਲੇ ਵਲੋਗ ਦੇ ਵਿੱਚ ਗੱਲਬਾਤ ਕਰਾਵਾਂਗੇ। ਅਤੇ ਹੋਰ ਕੀ ਹਾਲ ਆ ਬਾਈ, ਕਿਵੇਂ ਚੱਲਦੀ ਆ ਮਿਹਨਤ ਫਿਰ? ਫੁੱਲ ਬਾਈ, ਫੁੱਲ ਅਤੇ ਹੱਥ ਨੇ ਨੀਂਦ ਨੂੰਦ ਚੰਗੀ ਆਉਂਦੀ ਆ ਫਿਰ? ਅੱਛਾ, ਇੰਨੀ ਮਿਹਨਤ ਆ। ਅਤੇ ਇੱਧਰ ਹਰਮਨ, ਹਰਮਨ ਕਹਿੰਦੇ ਕ੍ਰਿਕਟ ਦਾ ਵੀ ਵਧੀਆ ਪਲੇਅਰ ਹੈ, ਅਤੇ ਨਾਲ ਨਾਲ ਕਹਿੰਦੇ ਕਬੱਡੀ ਵੀ ਸ਼ੌਂਕ ਰੱਖਦਾ ਪੂਰਾ। ਕਿੰਨੇ ਫੁੱਟੇ ਨਾਲ ਬਾਈ? ਇਹ ਕਹਿੰਦੇ ਬਾਈ ਗੁਰਪ੍ਰੀਤ ਵੱਲੋਂ ਚੇਹਰੇ ਦੇ ਟੂਰਨਾਮੈਂਟ 'ਤੇ ਉਹ ਮੁੰਡੇ ਦਾ ਸਨਮਾਨ ਹੈ ਗੁਰਪ੍ਰੀਤ ਕਲਾਲ ਵਾਲੇ ਵੱਲੋਂ। ਅਤੇ 6 ਫੁੱਟੇ ਕੱਪ ਨਾਲ ਬਾਈ, ਅਤੇ ਗੁਰਪ੍ਰੀਤ ਕਲਾਲ ਵਾਲੇ ਵੱਲੋਂ ਆਹ ਮੁੰਡੇ ਵੱਲੋਂ ਸਨਮਾਨ ਹੈ ਬਾਈ ਹਰਮਨ ਦਾ। ਹੋਰ ਕੁਲਵੀਰ ਕੀ ਹਾਲ ਆ ਫਿਰ? ਕੁਲਵੀਰ ਕਹਿੰਦੇ ਸੰਘਾਊ ਬਹੁਤ ਆ ਬਾਈ, ਆਪਾਂ ਅਗਲੇ ਵਲੋਗ ਦੇ ਵਿੱਚ ਪਹਿਲਾਂ ਇਹਨੂੰ ਮਾੜਾ ਜਿਹਾ ਬਣਾਉਣਾ ਪਊਗਾ, ਫਿਰ ਬੋਲੂ, ਕਿਉਂਕਿ ਸੰਗ ਦਾ ਬਹੁਤ ਜ਼ਿਆਦਾ। ਅਤੇ ਬਾਕੀ ਤੁਸੀਂ ਮਿਹਨਤ ਦੇਖ ਸਕਦੇ ਹੋ, ਬਾਕੀ ਬਾਈ ਹਾਸੀਆਂ ਖੇਡੀਆਂ ਨਾਲ ਚੱਲਦੀਆਂ, ਹੈ ਨਾ? ਅਤੇ ਜੇ ਵੀਡੀਓ 'ਚ ਵਧੀਆ ਲੱਗਿਆ ਜਿਹਦਾ ਵਲੋਗ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਨਾਲ ਹੀ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗੀ ਗੱਲਬਾਤ, ਵਲੋਗ ਕਿਵੇਂ ਲੱਗਿਆ ਜਿਹਦਾ, ਅਤੇ ਮੁੰਡਿਆਂ ਦੀ ਮਿਹਨਤ ਕਿਵੇਂ ਲੱਗੀ। ਅਤੇ ਤੁਸੀਂ ਦੇਖ ਸਕਦੇ ਹੋ 50 ਦੇ ਗਰੀਬ ਨੌਜਵਾਨ ਹੈ ਜਿਹੜੇ ਇੱਥੇ ਬੱਚਿਆਂ ਤੋਂ ਲੈ ਕੇ, ਹੈ ਨਾ, ਮਿਹਨਤ ਕਰਦੇ ਆ। ਪਰਲੇ ਪਾਸੇ ਇੱਕ ਭਲਵਾਨ ਹੋਰ ਵੀ ਲੱਗਿਆ ਪਿਆ ਗਾ, ਛੋਟੇ ਛੋਟੇ ਬੱਚੇ ਬਾਈ। ਅੱਜ ਜੇ ਆਪਾਂ ਕਹੀਏ ਨਾ, ਕਾਕੇ ਨੇ ਆਪਦੇ ਪਿੰਡ ਦੇ ਵਿੱਚ ਇੱਕ ਉਹ ਕੰਮ ਕਰਤਾ ਜਿਹੜਾ ਬਹੁਤ ਸਾਰੇ ਬੰਦੇ ਨਹੀਂ ਕਰ ਸਕੇ, ਵੀ ਉਹਨਾਂ ਦਾ ਲੈਵਲ ਤਾਂ ਬਹੁਤ ਸੀ ਪਰ ਉਹ ਪਲੇਅਰ ਨਹੀਂ ਤਿਆਰ ਕਰ ਸਕੇ, ਪਰ ਕਾਕਾ ਅੱਜ ਲੱਗਿਆ ਹੋਇਆ ਬਾਈ ਮਿਹਨਤ। ਬਾਕੀ ਪਿੰਡ ਦਾ ਸਹਿਯੋਗ ਬਹੁਤ ਹੈ, ਵੱਡੀ ਗੱਲ ਜਿਹੜੀ ਪਿੰਡ ਦਾ ਸਹਿਯੋਗ ਆਉਣਾ, ਹੈ ਨਾ, ਉਹ ਕਾਕੇ ਨੂੰ ਮਿਲਿਆ ਗਾ। ਬਾਕੀ ਕਾਕੇ ਨੇ ਦੱਸਿਆ ਵੀ ਜਿਵੇਂ ਜਿਵੇਂ ਉਹਦੀ ਤਰੱਕੀ ਵੱਧਦੀ ਗਈ, ਲੈਵਲ ਉੱਚਾ ਹੁੰਦਾ ਗਿਆ, ਉਵੇਂ ਉਵੇਂ ਉਹਨੇ ਮਿਹਨਤ ਕਰੀ ਹੈਗੀ ਅਲੱਗ ਅਲੱਗ ਕੋਚਾਂ ਦੇ ਕੋਲ, ਸਕੂਲੀ ਪੱਧਰ ਤੋਂ ਖੇਡਣ ਲੱਗਾ ਸੀ, ਅੱਜ ਇੱਥੋਂ ਤੱਕ ਪਹੁੰਚਿਆ ਗਾ। ਤੁਸੀਂ ਦੇਖੋ ਵੀ ਛੋਟੇ ਛੋਟੇ ਬੱਚੇ, ਹੈ ਨਾ, ਹਾਂ ਬਿਲਕੁਲ ਛੋਟਾ ਜਿਹਾ ਬੱਚਾ, ਇਹ ਵੀ ਮਿਹਨਤ ਕਰਦੇ ਆ ਕਿਉਂਕਿ ਸੋਚਦੇ ਹੋਣਗੇ ਅਸੀਂ ਵੱਡਾ ਹੋ ਕੇ ਕਾਕਾ ਬਣਨਾ। ਛੋਟੇ ਬੱਚਿਆਂ ਨੂੰ ਚਾਅ ਹੁੰਦਾ ਜਦੋਂ ਕਿਸੇ ਵੀ ਬੰਦੇ ਦਾ ਨਾਮ ਹੋਵੇ ਵੀ ਅਸੀਂ ਉਹੀ ਬਣਨਾ। ਬਾਕੀ ਲਵੀ ਭਲਵਾਨ, ਚੰਗਾ ਬਾਈ, ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਨਾਲ ਹੀ ਆਪਾਂ ਅਗਲਾ ਵਲੋਗ ਵੀ ਜਲਦੀ ਤੁਹਾਨੂੰ ਦਿਖਾਵਾਂਗੇ। ਬਾਕੀ ਆਪਣਾ ਬਾਈ ਇੰਸਟਾ 'ਤੇ ਜਿਹੜਾ ਪੇਜ ਆ ਉਹਦਾ ਵੀ ਆਪਾਂ ਲੋਗੋ ਲਾਵਾਂਗੇ ਉੱਤੇ, ਤੁਸੀਂ ਫੋਲੋ ਕਰਿਓ ਇੰਸਟਾ 'ਤੇ ਵੀ ਆਪਾਂ ਲੈ ਬੰਨੇ ਹੁੰਦੇ ਹਾਂ ਗਰਾਊਂਡ ਦੇ ਵਿੱਚ, ਅਤੇ ਨਾਲ ਹੀ ਪਲੇਅਰ ਹੋਰ ਵੀ ਜਾਣਕਾਰੀ, ਹੈ ਨਾ, ਸਾਰੀ ਇੰਸਟਾ 'ਤੇ ਆਪਾਂ ਜ਼ਿਆਦਾ ਪਾਉਂਦੇ ਹਾਂ।